ਸਰਿਕੁਰ ਗ੍ਰਾਂਥ ਸਾਹਿਬ ਜੀ ਪਵਿੱਤਰ ਅਗਵਾਈ ਵਿੱਚ ਲੱਗਿਆ ਕੌਮੀ ਇਨਸਾਫ ਮੋਰਚਾ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਗੁਰੂ ਰੂਪ ਸਾਧ ਸੰਗਤਾਂ ਸਭ ਤੋਂ ਪਹਿਲਾਂ ਦਾਸ ਆਪਣੇ ਵੱਲੋਂ ਤੇ ਜਹਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬਲਾਈ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਪਹਿਲੇ ਦਿਨ ਤੋਂ ਇਹ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਪ੍ਰਤੀ ਤੇ ਪਿਛਲੇ ਸਮੇਂ ਵਿੱਚ ਹੋਈਆਂ ਬੇਅਪਦੀਆਂ ਸਰਕਾਰਾਂ ਵੱਲੋਂ ਨਾਂਜਾਬ ਦੇਣ ਦੇ ਖਿਲਾਫ ਤੇ ਸਾਡੇ ਉਹਨਾਂ ਬੰਦੀ ਸਿੰਘਾਂ ਦੀ ਰਿਹਾਈਆਂ ਲਈ ਇਹ ਮੋਰਚਾ ਲੱਗਿਆ ਇਸ ਮੋਰਚੇ ਦੀ ਵਿਲੱਖਣਤਾ ਕਿ ਇਸ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਹਨ ਕਿਸੇ ਵਿਸ਼ੇਸ਼ ਵਿਅਕਤੀ ਦੇ ਹੱਥੇ ਇਸ ਮੋਰਚੇ ਦੀ ਅਗਵਾਈ ਨਹੀਂ ਸੋ ਇਸ ਮੋਰਚੇ ਪ੍ਰਤੀ ਸੰਗਤਾਂ ਦੇ ਸੁਝਾਅ ਸਿਰ ਮੱਥੇ ਇਹ ਸਟੇਜ ਵੀ ਐਸੇ ਕਰਕੇ ਚਲਾਈ ਜਾਂਦੀ ਹੈ ਕਿ ਬਹੁਤ ਸਿਆਲੇ ਤਜਰਬੇਕਾਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਬਾਕੀ ਵਕਤ ਧਾਰਮਿਕ ਜਥੇਬੰਦੀਆਂ ਦੇ ਮਹਾਪੁਰਸ਼ ਉਹਨਾਂ ਦੇ ਆਪਣੇ ਤਜਰਬੇ ਆ ਜਿੰਦਗੀ ਦੇ ਇਸ ਲਈ ਉਹਨਾਂ ਦੇ ਤਜਰਬਿਆਂ ਤੋਂ ਸੇਧ ਲੈ ਕੇ ਅਸੀਂ ਇੱਕ ਚੰਗੀ ਰੂਪਰੇਖਾ ਇਸ ਮੋਰਚੇ ਪ੍ਰਤੀ ਤਿਆਰ ਕਰ ਸਕੀਏ ਸੋ ਜਿਹੜਾ ਕੱਲ ਸਰਕਾਰਾਂ ਦੇ ਸਿਸਟਮ ਵਿਰੁੱਧ ਤੁਸੀਂ ਰੋਜ਼ ਜ਼ਾਹਰ ਕੀਤਾ ਉਹਦੇ ਲਈ ਤੁਸੀਂ ਬਦਾਈ ਦੇ ਪਾਤਰ ਹੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਬਜ਼ੁਰਗ ਬੀਬੀਆਂ ਨੌਜਵਾਨ ਬੱਚੇ ਜਿਨ੍ਹਾਂ ਨੇ ਕੱਲ ਸ਼ਮੂਲਤ ਕੀਤੀ ਹੈ ਤੇ ਜਿੱਥੇ ਆਪਣਾ ਸੰਗਤਾਂ ਨੇ ਜੋਸ਼ ਦਿਖਾਇਆ ਉਥੇ ਹੋਸ਼ ਚ ਰਹਿ ਕੇ ਉਸ ਮੋਰਚ ਮਾਰਚ ਦੀ ਅਗਵਾਈ ਕੀਤੀ ਸੋ ਆਸੀ ਕੌਮੀ ਇਨਸਾਫ ਮੋਰਚੇ ਦੀ ਸਟੇਜ ਵੱਲੋਂ ਬਾਰ ਬਾਰ ਧੰਨਵਾਦ ਕਰਦੇ ਆ ਉਹਨਾਂ ਦਾ ਸਰਕਾਰਾਂ ਨੂੰ ਸੋਚ ਲੈਣਾ ਚਾਹੀਦਾ ਵੀ ਉਹਨਾਂ ਦੀ ਨੀਤੀਆਂ ਦੇ ਖਿਲਾਫ ਇਹ ਰੋਜ਼ ਪ੍ਰਦਰਸ਼ਨ ਸੀ ਜੇਕਰ ਸਰਕਾਰਾਂ ਅਜੇ ਵੀ ਨਾ ਸਮਝੀਆਂ ਕਿਉਂਕਿ ਜਿਸ ਤਰ੍ਹਾਂ ਸੰਗਤਾਂ ਦਾ ਹੁਸ਼ਾ ਤੇ ਸੰਗਤਾਂ ਦਾ ਇਸ ਮੋਰਚੇ ਪਦਤੀ ਪਿਆਰ ਬਹੁਤ ਵੱਡਾ ਹੰਗਾਰਾ ਮੇਰ ਰਿਹਾ ਉਹ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਰਕਾਰਾਂ ਨੂੰ ਦਿਖਾ ਦੇਣਾ ਵੀ ਵਾਕਈ ਸੰਗਤਾਂ ਦਾ ਰੋਸ ਹੈ ਜਿਹੜਾ ਤਿੰਨ ਮੁੱਦਿਆਂ ਦਾ ਤਿੰਨ ਮੁੱਦਿਆਂ ਤੇ ਅਸੀਂ ਇਨਸਾਫ ਸਰਕਾਰ ਤੋਂ ਲੈਣਾ ਉਥੇ 14 ਚੌਥਾ ਮੁੱਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਹੈ ਇਸ ਲਈ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਹੁਣ ਸੰਗਤਾਂ ਨੇ ਇਹਨੂੰ ਆਪਣਾ ਫਰਜ ਸਮਝ ਲਿਆ ਜਦੋਂ ਕਿਸੇ ਨੂੰ ਅਸੀਂ ਆਪਣਾ ਫਰਜ ਸਮਝ ਕੇ ਕੰਮ ਕਰਦੇ ਆਂ ਉਹ ਅੱਛ ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕੋਈ ਬੇਨਤੀ ਕਰਨ ਦੀ ਲੋੜ ਨਹੀਂ ਸੋ ਸੰਗਤਾਂ ਵੱਲੋਂ ਮਿਲਿਆ ਬਹੁਤ ਵੱਡਾ ਹੰਗਾਰਾ ਇਸ ਮੋਰਚੇ ਦੀ ਕਾਮਯਾਬੀ ਹੈ ਇਸ ਲਈ ਇਸ ਸਟੇਜ ਤੇ ਬਹੁਤ ਸੁਝਾਅ ਆਉਣੇ ਆ ਉਹਨਾਂ ਦੇ ਸਿਰ ਮੱਥੇ ਕਦਰ ਕਰਦੇ ਆ ਅਸੀਂ ਉਹਨਾਂ ਦੇ ਸੁਝਾਵਾਂ ਦੀ ਤੇ ਕੁਝ ਵੀ ਕਰਾਂਗੇ ਕਿ ਉਹਨਾਂ ਸੁਝਾਵਾਂ ਨੂੰ ਮੁੱਖ ਰੱਖ ਕੇ ਹੀ ਅਸੀਂ ਮੋਰਚੇ ਦੀ ਅਗਵਾਈ ਕਰੀਏ ਦੂਜਾ ਨੌਜਵਾਨਾਂ ਦਾ ਆਪਣੇ ਜਜ਼ਬਾਤਾਂ ਦੀ ਗੱਲ ਕਰਦੇ ਆ ਕਿਉਂਕਿ ਅਸੀਂ ਬਾਰ-ਬਾਰ ਕਹਿ ਰਹੇ ਹਾਂ ਜਹਦਾਰ ਜਗਤਾਰ ਸਿੰਘ ਹਮਾਰਾ ਦਾ ਨੌਜਵਾਨਾਂ ਤੇ ਬਹੁਤ ਵੱਡਾ ਭਰੋਸਾ ਕਿਉਂਕਿ ਇਸ ਵਿੱਚ ਬਹੁਤ ਵੱਡਾ ਯੋਗਦਾਨ ਨੌਜਵਾਨਾਂ ਵੱਲੋਂ ਪਾਇਆ ਜਾ ਰਿਹਾ ਸੋ ਅਸੀਂ بار بار ਉਹਨਾਂ ਵੱਲੋਂ ਨਿਭਾਈਆਂ ਸੁਭਾਵਾਂ ਦਾ ਧੰਨਵਾਦ ਕਰਦੇ ਹਾਂ ਸੋ ਫੇਰ ਵੀ ਕਿਤੇ ਪ੍ਰਬੰਧ ਵਿੱਚ ਕੋਈ ਕਮੀਆਂ ਰਹਿ ਜਾਨੀਆਂ ਅਸੀਂ ਉਹਦੀ ਮਾਫੀ ਵੀ ਮੰਗਦੇ ਹਾਂ ਜਿਹੜੇ ਵੀ ਸੰਪਰਦਾਵਾਂ ਕਾਰ ਸੇਵਾ ਸੰਪਰਦਾਵਾਂ ਜਿਹੜਾ ਪਹਿਲੇ ਦਿਨ ਤੋਂ ਲੰਗਰਾਂ ਦੀ ਸੇਵਾ ਤੇ ਬਾਬਾ ਸੁਲੱਖਣ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਚਾਹ ਦੇ ਲੰਗਰ ਦੀ ਸੇਵਾ ਤੇ ਹੋਰ ਵੱਖ-ਵੱਖ ਸੇਵਾਵਾਂ ਭਾਵੇਂ ਜੋੜਿਆਂ ਦੀ ਸੇਵਾਵਾਂ ਭਾਵੇਂ ਪਿੰਡਾਂ ਚੋਂ ਦੂਰ ਦਰਾੜਿਆਂ ਤੋਂ ਰਸਤਾ ਬਸਦਾਂ ਦੀ ਸੇਵਾਵਾਂ ਜੋ ਵੀ ਇਸ ਕੌਮੀ ਇਨਸਾਫ ਮੋਰਚੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਅਸੀਂ ਉਹਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਕੋਈ ਵੀ ਸੰਘਰਸ਼ ਸੰਗਤਾਂ ਦੇ ਸਹਿਯੋਗ ਤੋਂ ਬਿਨਾ ਨਹੀਂ ਲੜਿਆ ਜਾਂਦਾ ਇਹ ਜਿਹੜੀਆਂ ਸਰਕਾਰਾਂ ਦੀ ਖਾਸ ਕਰਕੇ ਘਟਕਿੰਤੀਆਂ ਪ੍ਰਤੀ ਜਾਂ ਸਿੱਖਾਂ ਪ੍ਰਤੀ ਘਟਿਆ ਸੋਚ ਹੈ ਜਿਹੜੀ ਕੱਲ ਹੀ ਕੋਣਾਂ ਨੇ ਉਦਾਹਰਣ ਵੀ ਸਾਡੇ ਸਾਹਮਣੇ ਆਈ ਹੈ ਘਟਨਾ ਜਿਹੜੀ ਵਾਪਰੀ ਹੈ ਕੱਲ 26 ਜਨਵਰੀ ਨੂੰ ਜਿਹੜੀ ਲਾਲ ਕਿਲੇ ਦੇ ਅੱਗੇ ਪ੍ਰੇਡ ਕੱਢੀ ਗਈ ਹੈ ਸਰਕਾਰ ਵੱਲੋਂ ਉਸ ਜਿਹੜੀ ਪੰਜਾਬ ਸਰਕਾਰ ਵੱਲੋਂ ਝਾਕੀ ਭੇਜੀ ਗਈ ਸੀ ਉਹਨੂੰ ਸ਼ਾਮਲ ਨਹੀਂ ਹੋਣ ਦਿੱਤਾ ਉਸ ਪ੍ਰੇਡ 'ਚ ਕਿਉਂਕਿ ਉਹਨਾਂ ਦੇ ਨਾਫਰਤ ਦਾ ਜਨਾਜ਼ਾ ਨਿਕੜਿਆ ਕੱਲ ਉਹ ਝਾਕੀ ਸੀ ਗੁਰੂਦਾਰਾ ਸਾਹਿਬ ਦਾ ਮਾਡਲ ਤੇ ਇੱਕ ਕੜਾਹੇ ਵਿੱਚ ਖੁਰਚਲਾ ਫੇਰਦਾ ਸਿੰਘ ਜਿਹੜਾ ਕਿ ਲੰਗਰਾਂ ਦਾ ਪ੍ਰਤੀਕ ਸੀ ਉਹਨਾਂ ਨੇ ਐਸੇ ਨੂੰ ਮੁੱਖ ਰੱਖਦਿਆਂ ਉਹ ਝਾਕੀ ਬਾਹਰ ਕੱਢਤੀ ਦੇਖੋ ਸਰਕਾਰਾਂ ਦੀ ਕਿੰਨੀ ਘਟੀਆ ਨੀਤੀ ਹੈ ਜਿਸ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਨਾਂ ਦੇ ਪੁਰਖਿਆਂ ਨੂੰ ਜਿਹੜੇ ਉਸ ਟਾਈਮ ਮਿੰਤਾ ਕਰਦੇ ਸੀ ਕਿ ਸਾਨੂੰ ਬਚਾਉਣ ਵਾਲਾ ਕੋਈ ਨਹੀਂ ਮੁਗਲ ਸਾਮਰਾਜ ਵੱਲੋਂ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਸੀ ਪਰ ਉਹਨਾਂ ਦੇ ਹੁੰਦੇ ਜਲਮ ਨੂੰ ਰੋਕਣ ਵਾਸਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਾਲਾਂਕਿ ਉਹਨਾਂ ਦਾ ਤਿਲਕ ਜੰਜੂ ਨਾਲ ਕੋਈ ਸੰਬੰਧ ਨਹੀਂ ਸੀ ਜਾ ਕੇ ਕੁਰਬਾਨੀ ਦਿੱਤੀ ਪਰ ਅੱਜ ਇਹੋ ਅਕਿਰਤ ਕੰਨ ਇਲੀ ਵੀ ਸੋਚਦੇ ਜਦੋਂ ਵੀ ਕੋਈ ਦੇਸ਼ ਤੇ ਭੀੜ ਪੈਂਦੀ ਹੈ ਭਾਵੇਂ ਕੋਈ ਕਿਸੇ ਤਰ੍ਹਾਂ ਦੀ ਅਣਸੁਖਾਮੀ ਘਟਨਾ ਵਾਪਰਦੀ ਹੈ ਸਿੱਖੋਥੇ ਅੱਗੇ ਹੋ ਕੇ ਜਿਸ ਤਰ੍ਹਾਂ ਖਾਲਸਾ ਏੜ ਵਰਗੀਆਂ ਜਥੇਬੰਦੀਆਂ ਕੌਮ ਦੀ ਉਹਨਾਂ ਦੀ ਭਲਾਈ ਲਈ ਜੋ ਵੀ ਕਾਰਜ ਕਰਦੀਆਂ ਉਹ ਸਾਰਿਆਂ ਨੂੰ ਭਲਾ ਬੈਠੇ ਐ ਸੋ ਅਸੀਂ ਉਹਨਾਂ ਨੂੰ ਇਹ ਯਾਦ ਕਰਾਉਣ ਵਾਸਤੇ ਸਾਡੇ ਏਕੇ ਦੀ ਲੋੜ ਹੈ ਕਈ ਖਾਸੇ ਵੀ ਇਸ ਸਟੇਟ ਤੋਂ ਕਿਤੇ ਜਾਣੇ ਆ ਨੌਜਵਾਨਾਂ ਦੇ ਵੱਲੋਂ ਕਿ ਕਿਤੇ ਪਿਛਲੇ ਮੋਰਚਾਂ ਦੀ ਤਰ੍ਹਾਂ ਮੋਰਚਾ ਕਿਤੇ ਕਮਜ਼ੋਰੀ ਨਾ ਦਿਖਾ ਜਾਵੇ ਬਸ ਬਾਸ ਦੁਆ ਨੇ ਹੈ ਕੋਈ ਹੰਕਾਰ ਦੀ ਗੱਲ ਨਹੀਂ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਇਹ ਮੋਰਚਾ ਚੱਲ ਰਿਹਾ ਉਹ ਮੋਰਚੇ ਦੇ ਪ੍ਰਬੰਧਕਾਂ ਨੂੰ ਇਹਨਾਂ ਬਲ ਬਖਸ਼ਣ ਕਿ ਇੱਕ ਤਾਂ ਸਾਡੇ ਵਿੱਚ ਹੰਕਾਰ ਦੀ ਹੋਮੇ ਦੀ ਕੋਈ ਗੱਲ ਨਾ ਹੋਵੇ ਤੇ ਇਹ ਸੇਵਾ ਗੁਰੂ ਸਾਹਿਬ ਆਪ ਪੂਰੀ ਕਰਾਉਣ ਇਹੀ ਉਹਨਾਂ ਦੇ ਚਰਨਾਂ 'ਚ ਅਰਦਾਸ ਹੈ ਸੋ ਮੈਂ ਅੰਤ ਵਿੱਚ ਜਿੰਨੀਆਂ ਵੀ ਸੰਪਰਦਾਵਾਂ ਜਾਂ ਨਿੱਜੀ ਤੌਰ ਤੇ ਲੋਕਲ ਗੁਰਦੁਆਰਾ ਕਮੇਟੀਆਂ ਵੱਲੋਂ ਲੋਕਲ ਸੰਗਤਾਂ ਵੱਲੋਂ ਸ਼ਹਿਰੀ ਸੰਗਤਾਂ ਵੱਲੋਂ ਸੇਵਾਵਾਂ ਨਿਭਾਈਆਂ ਜਾ ਰੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਹੇਦਾਰ ਜਗਤਾਰ ਸਿੰਘ ਆਬਾਰਾ ਵੱਲੋਂ ਕੱਲ੍ਹ ਵਾਲੇ ਰੋਸ ਮਾਰਚ 'ਚ ਜਿੰਨੀ ਸੰਗਤਾਂ ਹੋਈਆਂ ਸ਼ਾਮਲ ਹੋਈਆਂ ਉਹਨਾਂ ਦਾ ਕੋਟ-ਕੋਟ ਧੰਨਵਾਦ ਇਤਿਹਾਸ ਕਰਦੇ ਆ ਆਉਣ ਵਾਲੇ ਦਿਨਾਂ ਵਿੱਚ ਜਦੋਂ ਤੱਕ ਸਾਡਾ ਕੌਮੀ ਇਨਸਾਫ ਮੋਰਚਾ ਜਿੱਤ ਨਹੀਂ ਪ੍ਰਾਪਤ ਕਰਦਾ ਤੋਦੋਂ ਤੱਕ ਤੁਹਾਡੇ ਸਹਿਯੋਗ ਦੀ ਬਹੁਤ ਵੱਡੀ ਲੋੜ ਹੈ ਸੋ ਕਿਰਪਾ ਕਰਕੇ ਇਹਨੂੰ ਬਣਾਈ ਰੱਖਣਾ ਹੈ ਇਹ ਸਾਡੀ ਬੇਨਤੀ ਜ਼ਰੂਰ ਪ੍ਰਵਾਨ ਕਰਨਾ ਕਿਉਂਕਿ ਜਦੋਂ ਤੱਕ ਸੰਗਤਾਂ ਇੱਥੇ ਵੱਡੇ ਪੱਧਰ ਤੇ ਪਹੁੰਚਦੀਆਂ ਨਹੀਂ ਸਰਕਾਰਾਂ ਨੂੰ ਕੋਈ ਇਹਨਾਂ ਤੇ ਅਸਰ ਨਹੀਂ ਹੁੰਦਾ ਸੋ ਅਸੀਂ ਆਉਣ ਵਾਲੇ ਦਿਨਾਂ ਵਿੱਚ ਥੋੜੇ ਜਿਓਗ ਨਾਲ ਇੱਕ ਬਹੁਤ ਵੱਡਾ ਪ੍ਰੋਗਰਾਮ ਸਰਕਾਰਾਂ ਦੇ ਖਿਲਾਫ ਪ੍ਰੋਟੈਸਟ ਕਰਨ ਲਈ ਦੇਣ ਜਾ ਰਹੇ ਹਾਂ ਸੋ ਉਸ ਦਾ ਹਿੱਸਾ ਬਣ ਕੇ ਅਸੀਂ ਉਸ 'ਚ ਯੋਗਦਾਨ ਪਾਈਏ ਅੰਤ ਵਿੱਚ ਮੈਂ ਫੇਰ ਦੁਬਾਰਾ ਪਹੁੰਚੀਆਂ ਸੰਗਤਾਂ ਦਾ ਸੇਵਾਵਾਂ ਨਿਭਾਉਣ ਵਾਲੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ